मेरे तो बड़ी वड्डी उम्र दे ने, मेरे पिता समान ने, मेरे सत्कार योग ने। इलेक्शन सी जो भी होया वो ना साडे ते तंज कसे, बस पर असी अपनी पार्टी दे कम्मां नूं लैके लोकां च विचरदे रहे। सो अज लोकां ने वो फतवा दे दिता, ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ। ਸ਼ਰੀ ਜਿਹੜੇ ਜਿਹੜੇ ਤੇਰੇ ਨਾਲ ਉਮੀਦਵਾਰ ਸਨ, ਜਿਹੜੇ ਵੀ ਪਾਰਟੀ ਦੇ, ਉਹ ਬੜੇ ਬੜੇ ਵੱਡੇ ਦਿੱਗਜ ਲੀਡਰ ਸਨ, ਕਈ ਕਈ ਇਲੈਕਸ਼ਨ ਲੜੇ, ਕਿੱਦਾਂ ਮੁਕਾਬਲਾ ਕੀਤਾ ਉਹਨਾਂ ਨਾਲ? ਲੋਕਾਂ ਨਾਲ ਪਿਆਰ ਨਾਲ ਮੁਕਾਬਲਾ ਕੀਤਾ। ਉਹ ਸਾਰਿਆਂ ਮਗਰ ਸਾਹਿਬ ਲੱਗਦਾ ਸੀ, ਪਰ ਸ਼ੈਰੀ ਕਲਸੀ ਮਗਰ ਸਾਹਿਬ ਨਹੀਂ ਸੀ ਲੱਗਦਾ। ਪ੍ਰਾਇਓਰਟੀ ਕੀ ਰਹੇਗੀ ਹੁਣ ਜਿੱਤਣ ਦੇ ਬਾਅਦ? ਜ਼ਿੰਮੇਵਾਰੀਆਂ ਵੱਧ ਗਈਆਂ, ਅੱਗੇ ਅੱਗੇ ਦੇਖੋ ਹੁੰਦਾ ਕੀ ਹੈ। ਹੁਣ ਕਰਕੇ ਵਿਖਾਉਣਾ ਹੈ, ਇਹਨਾਂ ਵਾਂਗੂ ਰੋਲਾ ਨਹੀਂ ਪਾਉਣਾ। ਸ਼ੈਰੀ ਅੱਜ ਲੋਕਾਂ ਨੇ ਜਿਤਾਇਆ ਹੈ, ਬਟਾਲੇ ਦੀ ਸੰਗਤ ਨੇ ਮਾਣ ਬਖਸ਼ਿਆ ਹੈ। ਬਸ ਆਪਣੇ ਬਟਾਲੇ ਦੀ ਸੰਗਤ ਦਾ ਮਾਣ ਵਧਾਉਣਾ ਹੈ, ਵਧੀਆ ਕੰਮ ਕਰਨਾ। ਇੱਕ ਚੀਜ਼ ਹੋਰ, ਤੁਹਾਡੇ ਤੇ ਜ਼ਿੰਮੇਦਾਰੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ, ਕਹਿੰਦੇ ਕਿਉਂਕਿ ਗੁਰਦਾਸਪੁਰ ਤੋਂ ਸਾਰੇ ਕੋਲ ਵੱਡੀ ਲੀਡ ਤੁਹਾਡੀ ਹੈ, ਮੰਤਰੀ ਪਦ ਤੁਹਾਨੂੰ ਮਿਲ ਸਕਦਾ ਹੈ, ਕੀ ਕਹਿਣਾ ਚਾਹੋਗੇ? ਨਵਾਣੇ ਆ ਜੀ ਸਾਡੀ ਤੇ, ਜਿੱਤਣ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਚਲੋ ਸਾਨੂੰ ਪਰਮਾਤਮਾ ਇੱਕ ਦੋਵਾਂ ਵੋਟਾਂ ਤੇ ਜਿਤਾ ਦੇ, ਪਰ ਜਿਤਾ ਦੇਵੇ। ਪਰ ਲੋਕਾਂ ਦਾ ਪਿਆਰ ਹੈ, ਮਾਣ ਸਤਿਕਾਰ ਹੈ, ਜੋ ਪਾਰਟੀ ਹੁਕਮ ਕਰੂਗੀ ਸਾਡੇ ਸਿਰ ਮੱਥੇ ਤੇ ਹੋਊਗਾ। ਔਰ ਵਾਕਿਆ ਹੀ ਇੱਕੋ ਆਸ ਹੈ ਵੀ ਵਧੀਆ ਪੰਜਾਬ ਤੇ ਸੁਨਹਿਰਾ ਪੰਜਾਬ ਫਿਰ ਲੈ ਕੇ ਆਉਣਾ, ਰੰਗਲਾ ਪੰਜਾਬ। ਇੱਕ ਆਖਰੀ ਸਵਾਲ, ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਦੇ ਪਿੱਛੇ ਕੀ ਰਾਜ ਹੈ? ਲੋਕੀ ਥੱਕ ਚੁੱਕੇ, ਚੂਪ ਚੁੱਕੇ ਜੀ, ਕਿਹਨੂੰ ਜਿੱਤਦਾ? ਦੇਖੋ ਜੀ, ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਵਾਅਦੇ ਕੀਤੇ ਨੇ, ਉਹ ਵਾਅਦੇ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰੇ। ਔਰ ਜੋ ਦੇਖਿਆ ਗਿਆ, ਲੋਕ ਨਿਰਾਸ਼ ਸੀ, ਜਿਹੜੇ ਲੋਕ ਨਿਰਾਸ਼ ਹੋਣ ਦਾ ਕਾਰਨ ਜਿਹੜਾ ਅੱਜ ਨਤੀਜਾ ਤੁਹਾਡੇ ਸਾਹਮਣੇ ਹੀ ਹੈ ਜੀ। ਪੰਜਾਬ ਜਿਹੜੇ ਵੱਡੇ ਲੀਡਰ ਤੁਹਾਡੇ ਨਾਲ ਬੈਠੇ ਸੀ ਕਾਊਂਟਿੰਗ ਦੇ ਸਮੇਂ, ਕੋਈ ਗੱਲਬਾਤ ਹੋਈ ਸੀ ਉਹਨਾਂ ਨਾਲ? ਕੋਈ ਜਦੋਂ ਕਾਊਂਟਿੰਗ ਚੱਲਦੀ ਪਈ ਸੀ ਕਿਸੇ ਤਰ੍ਹਾਂ ਦੀ ਕੋਈ ਵਾਰਤਾਲਾਪ ਹੋਈ? ਨਹੀਂ, ਕੋਈ ਗੱਲਬਾਤ ਨਹੀਂ। ਉਹਨਾਂ ਨੇ ਸਗੋਂ ਮੈਨੂੰ ਐਪਰੀਸ਼ੀਏਟ ਕੀਤਾ, ਉਹਨਾਂ ਨੇ ਮੈਨੂੰ ਦੱਸਿਆ ਵੀ ਹੁਣ ਵਧੀਆ ਢੰਗ ਨਾਲ ਸ਼ਹਿਰ ਦੀ ਡਿਵੈਲਪਮੈਂਟ ਕਰੋ। ਵਾਅਦੇ ਖੜੀ ਉਤਰੇਗੀ।